ਇਹ ਦੇਖੋ, ਇਹ ਮੈਂ ਤੁਹਾਡੇ ਸਾਰਿਆਂ ਦਾ ਕਰ ਰਿਹਾ ਦਿਮਾਗ ਕਨਫਿਊਜ਼ ਫੀਲ ਕਰਨਾ। ਇਹ ਜਿਸ ਦਿਨ ਬੇਬੀ ਘਰ ਆਏਗਾ ਉਸ ਦਿਨ ਰਿਵੀਲ ਹੋਣਾ ਵਾ। ਤੋ ਆਪਰੇਸ਼ਨ ਥੀਏਟਰ ਦੇ ਵਿੱਚ ਲਾਈਕ ਗਈ ਹੋ, ਉਹਨੂੰ ਕਿੱਦਾਂ ਦਾ ਫੀਲ ਹੋਇਆ, ਪਰ ਉਹ ਵਲੌਗ ਹਜੇ ਆਣੇ ਆ। ਹਰ ਇੱਕ ਚੀਜ਼ ਦੇਖਣ ਨੂੰ ਮਿਲੂਗੀ। ਸੋ ਪ੍ਰੈਂਕ ਵੀ ਹੋ ਸਕਦੇ ਆ, ਫਨੀ ਵੀਡੀਓਜ਼ ਵੀ ਹੋ ਸਕਦੀ ਆ, ਸੀਰੀਅਸ ਗੱਲਾਂ ਵੀ ਹੋ ਸਕਦੀਆਂ। ਸੋ ਹੇ ਗਾਇਜ਼, ਵੈਲਕਮ ਬੈਕ ਟੂ ਆਰ ਚੈਨਲ। ਆਈ ਹੋਪ ਤੁਸੀਂ ਸਾਰੇ ਵਧੀਆ ਹੋ ਗਿਆ। ਹਾਂਜੀ ਹਾਂਜੀ, ਮੈਂ ਬਹੁਤ ਵਧੀਆ, ਤੁਹਾਡੇ ਪਿਆਰ ਤੇ ਤੁਹਾਡੇ ਦੁਆ ਦੇ ਨਾਲ। ਸੋ ਮੇਰੇ ਸੱਜਣ ਪਿਆਰੇ, ਵੈਲਕਮ ਬੈਕ ਟੂ ਨਵੀਂ ਵੀਡੀਓ। ਤੇ ਯਾਰ, ਪਹਿਲੀ ਗੱਲ ਤਾਂ ਇਹ, ਸਭ ਦੇ ਕਮੈਂਟ ਆਉਂਦੇ ਪਏ ਬੇਬੀ ਗਰਲ, ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਬੇਬੀ ਗਰਲ ਨਹੀਂ ਹੋ ਸਕਦੀ, ਹੋ ਵੀ ਸਕਦੀ ਹੈ, ਪਰ ਬੇਬੀ ਬੋਏ ਵੀ ਹੋ ਸਕਦਾ ਵਾ। ਇਹ ਦੇਖੋ, ਇਹ ਹੈਗਾ ਸਸਪੈਂਸ। ਹੁਣ ਜਿਹਨਾਂ ਜਿਹਨਾਂ ਨੇ ਜੋ ਚੀਜ਼ ਨੋਟਿਸ ਕੀਤੀ ਉਹ ਮੈਂ ਜਾਣ ਬੁੱਝ ਕੇ ਬੋਲੀ ਸੀ। ਇਹਦਾ ਮਤਲਬ ਇਹ ਨਹੀਂ ਕਹਿੰਦਾ ਮੈਂ ਝੂਠ ਬੋਲਿਆ, ਮੇ ਵੀ ਉਹ ਸੱਚ ਵੀ ਹੋ ਸਕਦਾ, ਮੇ ਵੀ ਉਹ ਝੂਠ ਵੀ ਹੋ ਸਕਦਾ। ਇਹ ਦੇਖੋ, ਇਹ ਮੈਂ ਤੁਹਾਡੇ ਸਾਰਿਆਂ ਦਾ ਕਰ ਰਿਹਾ ਦਿਮਾਗ ਕਨਫਿਊਜ਼। ਹੁਣ ਤੁਸੀਂ ਆਪਣੇ ਮਨ ਤੋਂ, ਦਿਲ ਤੋਂ, ਜ਼ਿਹਨ ਤੋਂ ਸੋਚੋ ਕਿ ਉਹ ਬੇਬੀ ਗਰਲ ਹੈ ਕਿ ਬੇਬੀ ਬੋਏ ਆ। ਕਿਉਂਕਿ ਮੈਂ ਤਾਂ ਨਾ ਵੀ ਨੂੰ ਜਾਣਬੁੱਝ ਕੇ ਗਿਆ ਸੀਗਾ, ਭਾਈ ਤੇਰੀ ਗੱਡੀ ਆ ਗਈ ਆ ਤੇ ਸਾਡੀ ਧੀ ਆਈ ਆ ਤਾਂ ਤੇਰੀ ਗੱਡੀ ਆਈ ਆ। ਹੁਣ ਇਹਦੇ ਵਿੱਚ ਮੈਂ ਕੋਈ ਝੂਠ ਨਹੀਂ ਬੋਲ ਰਿਹਾ, ਕੋਈ ਮੈਂ ਸੱਚ ਨਹੀਂ ਬੋਲਦਾ ਪਿਆ, ਬਟ ਦਾ ਥਿੰਕ ਇਜ਼, ਤੁਸੀਂ ਪਾਗਲ ਵੀ ਬਣ ਸਕਦੇ ਜੇ ਤੁਹਾਨੂੰ ਪਤਾ ਮੈਂ ਪ੍ਰੈਂਕ ਕਰਦਾ ਹੁੰਦਾ ਵਾ ਬੜੇ ਗਲਤ। ਹੁਣ ਤੁਸੀਂ ਸੋਚੋ ਇਹ ਕਿ ਬੇਬੀ ਬੋਏ ਆ ਜਾਂ ਬੇਬੀ ਗਰਲ। ਮੈਂ ਤੇ ਭਾਈ, ਮੈਂ ਤੁਹਾਡੇ ਕੰਨੋਂ ਗੱਲ ਕੱਢਣੀ ਸੀਗੀ। ਹੁਣ ਜਿਨ੍ਹਾਂ ਨੇ ਸੋਚਣਾ ਵਾ ਕਿ ਬੇਬੀ ਗਰਲ ਆ ਉਹ ਸੋਚੀ ਚੱਲੋ, ਜਿਨ੍ਹਾਂ ਨੇ ਸੋਚਣਾ ਬੇਬੀ ਬੋਏ ਆ ਉਹ ਵੀ ਸੋਚੀ ਚੱਲੋ। ਇਹ ਤਾਂ ਜਦੋਂ ਆਪਾਂ ਕਰਾਂਗੇ ਰਿਵੀਲ ਉਦੋਂ ਹੀ ਪਤਾ ਲੱਗੂਗਾ। ਫਿਲਹਾਲ ਦਿਲੋਂ ਦੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਮੈਂ ਜਿਨ੍ਹਾਂ ਜਿਨ੍ਹਾਂ ਨੇ ਪਿਆਰੀਆਂ ਪਿਆਰੀਆਂ ਵਿਸ਼ਿਸ਼ ਕੀਤੀਆਂ ਨੇ ਯਾਰ। ਮੈਂ ਸੋ ਸੋਰੀ ਅਗਰ ਮੈਂ ਕਿਸੇ ਦਾ ਰਿਪਲਾਈ ਨਹੀਂ ਦੇ ਪਾ ਰਿਹਾ। ਐਕਚੁਅਲੀ ਯਾਰ ਬਹੁਤ ਜ਼ਿਆਦਾ ਬਿਜ਼ੀ ਸਿਸਟਮ ਆ। ਹੁਣ ਵੀ ਮੈਂ ਜਾਦੂ ਦਾ ਸਮਾਨ ਕਿਤੇ ਡੋਲੂ, ਚਿਕਨ ਸੂਪ, ਇੱਥੇ ਚਿਕਨ ਸੂਪ ਹੈ, ਪਿੱਛੇ ਸਮਾਨ ਪਿਆ ਡਿਸਪੋਜੇਬਲ ਪਲੇਟਾਂ, ਨਾਲ ਵਿੱਚ ਦੁੱਧ ਹੈ ਤੇ ਲੱਡੂ ਦਾ ਵੀ ਸਮਾਨ ਹੈਗਾ ਵਾ, ਰੋਟੀ ਰੂਟੀ ਵੀ ਹੈਗੀ ਹੈ। ਮਤਲਬ ਉੱਥੇ ਸਾਰੇ ਜਣੇ ਬੈਠੇ ਹੋਏ ਆ, ਸੋਨਾ ਵੀ ਉੱਥੇ, ਮੰਮੀ ਵੀ ਉੱਥੇ ਹੈ, ਅੰਸ਼ੂ ਵੀ ਉੱਥੇ ਸਾਰੇ। ਤੇ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਚੱਲਦਾ ਪਿਆ। ਫਿਲਹਾਲ 9 ਤਰੀਕ ਨੂੰ ਯਾਦੂ ਦਾ ਹੈਗਾ ਵਾ ਬਰਥਡੇ, ਤੇ 9 ਤਰੀਕ ਨੂੰ ਹੀ ਉਹਨਾਂ ਨੂੰ ਮੇਬੀ ਡਿਸਚਾਰਜ ਮਿਲਣਾ ਵਾ। ਬੇਬੀ ਨੇ ਆਉਣਾ 9 ਤਰੀਕ ਨੂੰ ਘਰ। ਉਹ ਬੇਬੀ ਬੋਏ ਆ ਜਾਂ ਬੇਬੀ ਗਰਲ, ਇਹ ਦੇਖੋ, ਇਹ ਹੈਗਾ ਸਸਪੈਂਸ। ਇਹ ਆਪਾਂ ਹਜੇ ਤੱਕ ਨਹੀਂ ਰਿਵੀਲ ਕਰਨਾ, ਇਹ ਜਿਸ ਦਿਨ ਬੇਬੀ ਘਰ ਆਏਗਾ ਉਸ ਦਿਨ ਰਿਵੀਲ ਹੋਣਾ ਵਾ। ਤੇ ਉਸ ਤੋਂ ਬਾਅਦ ਅੱਗੇ ਸਵਾ ਮਹੀਨਾ ਆਪਾਂ ਕੀ ਕੁਝ ਕਰਨਾ ਵਾ ਉਹ ਸਭ ਕੁਝ ਮੈਨੂੰ ਨਾਲੋਂ ਨਾਲ ਦੱਸਣਾ ਵਾ। ਬੇਬੀ ਕੋ ਵੀ ਐਸੇ ਲੈ ਕੇ ਆਏਗੇ ਜੈਸੇ ਕੋਈ ਸੈਲੀਬ੍ਰਿਟੀ ਆ ਰਹਾ ਵਾ। ਹਾਂ, ਸੈਲੀਬ੍ਰਿਟੀ ਆ ਰਹਾ ਜਿੱਦਾਂ। ਤੇ ਫਿਲਹਾਲ ਆਪਾਂ ਹੁਣ ਜਾ ਰਹੇ ਸੀਗੇ ਹਸਪੀਟਲ। ਟਾਈਮ ਤੁਸੀਂ ਦੇਖ ਸਕਦੇ ਹੋ 10 ਵੱਜ ਗਏ ਆ। ਤੇ ਫਿਲਹਾਲ ਉੱਥੇ ਸਾਰੇ ਜਣੇ ਭੁੱਖੇ ਸੀਗੇ, ਸੋ ਸਾਰੇ ਲਈ ਹੁਣ ਆਪਾਂ ਰੋਟੀ ਪਾਣੀ ਲੈ ਕੇ ਜਾ ਰਹੇ ਹਾਂ। ਮੁਕੇਸ਼ ਭਾਈ ਘਰ ਜਾ ਚੁੱਕੇ ਆ, ਹੁਣ ਆਪਾਂ ਉੱਧਰ ਜਾਵਾਂਗੇ। ਮੈਨੂੰ ਉਹਨਾਂ ਨੇ ਕਿਹਾ ਕਿ ਤੂੰ, ਮਤਲਬ ਹੁਣ ਮੈਂ ਤੁਹਾਨੂੰ ਕਿਦਾਂ ਸਮਝਾਵਾਂ, ਮਤਲਬ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਦਾਂ ਕਾਹ ਤੋਂ ਹੋ ਗਿਆ ਕਿ ਸਾਰੇ ਜਣੇ ਕਮੈਂਟ ਕਰਨ ਡੇ ਹਨ। ਹੁਣ ਉਹਨਾਂ ਨੂੰ ਵੀ ਨਹੀਂ ਪਤਾ ਕਿ ਮੈਂ ਝੂਠ ਬੋਲਿਆ, ਇਹ ਗੱਲ ਤੁਹਾਨੂੰ ਵੀ ਨਹੀਂ ਪਤਾ ਮੈਂ ਝੂਠ ਬੋਲਿਆ, ਇਹ ਝੂਠ ਝੂਠ ਹੋ ਰਿਹਾ ਕਿ ਸੱਚ ਸੱਚ ਹੋ ਰਿਹਾ, ਵੀਡੀਓ ਨਹੀਂ ਪਤਾ ਲੱਗ ਰਿਹਾ। ਫਿਲਹਾਲ ਇਹ ਬ੍ਰੇਕ ਕਿੱਥੇ ਮਾਰਤੀ ਹੈ। ਵਾਹ ਯਾਰ, ਕਿਆ ਗੱਡੀ ਚਲਾਤੇ ਯਾਰ। ਹੁਣ ਗੱਲ ਇਸ ਤਰ੍ਹਾਂ ਵਾ, ਸਵਾ ਮਹੀਨਾ ਸਾਡਾ ਘਰ ਦੇ ਅੰਦਰ ਹੋਏਗਾ। ਫਿਲਹਾਲ ਲਾਈਟਰ ਇਹ ਦੇਖ, ਇਹ ਲਾਈਟਰ ਲੈ ਕੇ ਆਏ ਆ ਆਪਾਂ ਹੁਣੇ। ਤੇ ਚਾਕੂ ਕਿੱਥੇ ਗਿਆ? ਚਾਕੂ ਡਿੱਗ ਗਿਆ ਮੇਰੇ ਸਾਹਮਣੇ। ਨਹੀਂ, ਚੱਕੂ ਚੁੱਕੂ ਇਧਰ ਹੀ ਹੋਗਾ, ਗਿਰ ਗਿਆ ਸ਼ਾਇਦ, ਇਧਰ ਗਈ, ਗਿਰ ਗਿਆ। ਸੰਭਾਲ ਲਓ ਬਾਈ, ਅੰਦਰ ਹੋਗਾ। ਆਪਕੋ ਪਤਾ ਨਾ ਫਿਰ? ਨਹੀਂ ਨਹੀਂ, ਜੇ ਮੈਂ ਹੀ ਹਸਪੀਟਲ ਜਾ ਕੇ ਤੁਹਾਨੂੰ ਸਾਰਿਆਂ ਨਾਲ ਮਿਲਾਉਂਦੇ ਆ। ਕਿਆ ਅੱਜ ਆਪਾਂ ਆਪਣੀ ਬੇਬੀ ਦੇ ਹੈ? ਨਹੀਂ ਬਾਈ, ਨਹੀਂ ਯਾਰ, ਅਭੀ ਨਹੀਂ। ਅਭੀ ਨਹੀਂ, ਅਭੀ ਨਹੀਂ। ਮੈਂ ਰੁਕ ਜਾ, ਪਤਾ ਹੈ ਲੋਕ ਨੂੰ ਇਹਨੇ ਪਛਾਣ ਲੈਣਾ ਹੈ ਹੱਥੋਂ ਸੇ। ਨਹੀਂ, ਹੱਥਾਂ ਨਾਲ ਕਿੱਥੇ? ਅਰੇ ਪਛਾਣਾ ਜਾ, ਨਹੀਂ ਨਹੀਂ, ਦਿਖਾਣਾ ਵੀ ਦਿਖਾਣਾ ਹੀ ਨਹੀਂ ਨਾ। ਚਲੋ ਠੀਕ ਹੈ ਯਾਰ, ਦੇਖਦੇ ਆ, ਜਾਂਦੇ ਆ, ਮੰਮੀ ਨੂੰ ਪੁੱਛਦੇ ਆ। ਫਿਲਹਾਲ ਆਪਾਂ ਯਾਦੂ ਦਾ ਐਕਸਪੀਰੀਅੰਸ ਵੀ, ਜੋ ਆਪਰੇਸ਼ਨ ਥੀਏਟਰ ਦੇ ਵਿੱਚ ਲਾਈਕ ਗਈ ਹੋ ਉਹਨੂੰ ਕਿੱਦਾਂ ਦਾ ਫੀਲ ਹੋਇਆ ਜਾਂ ਕੁਝ ਵੀ, ਹਨਾ, ਉਹ ਸਭ ਕੁਝ ਯਾਦੂ ਵੀ ਦੱਸੂਗੀ। ਪਰ ਉਹ ਵਲੌਗ ਹਜੇ ਆਣੇ ਆ। ਇਹ ਸਭ ਕੁਝ ਮੈਂ ਤੁਹਾਨੂੰ ਪਹਿਲਾਂ ਤਾਂ ਦੱਸ ਰਿਹਾ ਕਿਉਂਕਿ ਤੁਸੀਂ ਸਾਰੇ ਜਿੱਦਾਂ ਹੁਣ ਪਿਆਰ ਦਿੰਦੇ ਹੋ, ਸਵਾ ਮਹੀਨਾ ਕੁਝ ਤਾਂ ਦਿਖਾਣਾ ਹੀ ਆ ਨਾ। A to Z ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਹਰ ਇੱਕ ਸੱਚ, ਹਰ ਇੱਕ ਚੀਜ਼ ਦੇਖਣ ਨੂੰ ਮਿਲੂਗੀ। ਸੋ ਪ੍ਰੈਂਕ ਵੀ ਹੋ ਸਕਦੇ ਆ, ਫਨੀ ਵੀਡੀਓਜ਼ ਵੀ ਹੋ ਸਕਦੀ ਆ, ਸੀਰੀਅਸ ਗੱਲਾਂ ਵੀ ਹੋ ਸਕਦੀਆਂ। ਤੁਸੀਂ ਬਸ ਨਾਲ ਜੁੜੇ ਰਹੋ ਤੇ ਮੈਂ ਇੱਕ ਵਾਰੀ ਫਿਰ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਂ ਤੁਹਾਡੇ ਸਾਰਿਆਂ। ਤੇ ਬਸ 70,000 ਸਬਸਕ੍ਰਾਈਬਰ ਸਾਡੇ ਹੋਣ ਲੱਗੇ ਆ, ਤੇ ਆਈ ਲਵ ਯੂ ਆਲ ਯਾਰ, ਦਿਲੋਂ ਰਿਸਪੈਕਟ ਆ। ਬਸ ਜਲਦੀ ਜਲਦੀ 1,00,000 ਸਬਸਕ੍ਰਾਈਬਰ ਕਰ ਦਿਓ, ਫੇਰ ਤੁਹਾਨੂੰ ਪਤਾ ਹੀ 1,00,000 ਤੇ ਕੀ ਹੋਣਾ ਵਾ। ਮੀਟਅਪ, ਮੀਟਅਪ ਵੀ ਹੋ ਸਕਦਾ ਵਾ, ਮੇਰਾ ਵਿਆਹ ਵੀ ਹੋ ਸਕਦਾ ਵਾ, ਕੁਛ ਵੀ ਹੋ ਸਕਦਾ ਵਾ। ਇਹ ਮੈਨੂੰ ਨਹੀਂ ਪਤਾ ਹੁਣ ਕੀ ਹੋਣਾ ਕੀ ਨਹੀਂ, ਮਤਲਬ ਕੁਛ ਗ੍ਰੈਂਡ ਹੋਏਗਾ 1,00,000 ਸਬਸਕ੍ਰਾਈਬਰ ਤੇ। ਪਤਾ ਲੱਗਿਆ ਜਲੰਧਰ ਵਾਲਾ ਵਾ। ਹਾਂ, ਤੇ ਹੁਣ
ਆਪਾਂ ਜਾ ਰਹੇ ਹਾਂ ਹਸਪੀਟਲ, ਮੈਨੂੰ ਪਤਾ ਮੈਂ ਤਿੰਨ ਵਾਰੀ ਕਹਿ ਤਾ ਵਾ ਤੇ ਆਪਾਂ ਹੁਣ ਹਸਪੀਟਲ ਜਾ ਕੇ ਮਿਲਦੇ ਹਾਂ। ਓਕੇ ਸੋ ਗਾਇਜ਼, ਫਾਈਨਲੀ ਆਪਾਂ ਹਸਪੀਟਲ ਦੇ ਬਾਹਰ ਪਹੁੰਚ ਗਏ ਹਾਂ ਤੇ ਇੱਥੇ ਜੋ ਥੋੜਾ ਬਹੁਤਾ ਸਮਾਨ ਆਪਾਂ ਲੈ ਕੇ ਆਏ ਸੀਗੇ ਖਾਣ ਪੀਣ ਲਈ, ਇੱਕੋ ਬੋਟਲ ਵੀ ਹੈਗੀ ਆ ਡੋਲਰ। ਸੋ ਹੁਣ ਆਪਾਂ ਚੱਲੀਏ ਫਟਾਫਟ ਉੱਪਰ, ਉੱਥੇ ਤੁਸੀਂ ਦੇਖ ਸਕਦੇ ਵਿਸ਼ੂ ਗੱਡੀ ਦੇ ਵਿੱਚ ਬੈਠਾ ਆ, ਤੇ ਹੁਣ ਆਪਾਂ ਚੱਲੀਏ ਫਟਾਫਟ। ਹਾਂਜੀ ਪ੍ਰਿੰਸ ਭਾਈ ਕੀ ਹਾਲ ਆ, ਠੀਕ ਹੋ? ਲੈ ਕੇ ਜੋ ਮੈਂ ਚੱਲਾ ਥੋੜਾ ਪਾਸਤਾ ਦੇ ਪੀਜ਼ੇ ਦੀ ਕੀ ਲੋਡ ਸੀ ਭਾਈ, ਪੇਟ ਭਰ ਕੇ ਖਾਈਓ ਯਾਰ। ਤੇ ਤੁਸੀਂ ਕਿੱਥੇ ਚੱਲੇ ਹੋ? ਮੈਂ 2 ਮਿੰਟ ਸਮਾਨ ਲੈਣ ਚੱਲਾ ਥੋੜਾ, ਸਮਾਨ ਲਈਏ। ਚਲੋ ਠੀਕ ਹੈ, ਨਹੀਂ ਨਹੀਂ ਭਾਈ ਥੈਂਕ ਯੂ। ਸੋ ਗਾਇਜ਼ ਹੁਣ ਆਪਾਂ ਸਿੱਧਾ ਤੁਹਾਨੂੰ ਉੱਪਰ ਜਾ ਕੇ ਮਿਲਦੇ ਹਾਂ। ਉਹ ਯਾਰ ਮੈਂ ਜਾ ਬਾਸਾ ਪੈਰੇ ਪੇ। ਸੋ ਗਾਇਜ਼ ਇਹ ਹੈਗੇ ਨਾਵੀ ਦੀ ਮੰਮਾ, ਆ ਡੱਬਾ ਲੈ ਕੇ ਚੱਲੋ ਤੁਸੀਂ ਵਾਪਸ। ਆਹੋ ਕਿਉਂ ਕਹਿੰਦੇ ਫੜੋ ਤੁਸੀਂ? ਮੰਮੀ ਨੇ ਦਿੱਤਾ ਵਾ, ਹੁਣ ਮਿੱਠਾ ਕਰੋ ਕਹਿੰਦੇ। ਅੱਛਾ ਤੁਸੀਂ ਲੈ ਕੇ ਆਏ ਹੋ? ਆਹੋ ਤੁਹਾਨੂੰ ਹੀ ਵਾਪਸ ਦਿੱਤਾ? ਆਹੋ ਮੰਮੀ ਨੇ ਦਿੱਤਾ ਸਾਨੂੰ। ਅੱਛਾ ਠੀਕ, ਓਕੇ ਸੋਰੀ ਗਾਇਜ਼, ਸੋਰੀ। ਓਕੇ ਬਾਏ, ਓਕੇ ਬਾਏ, ਆ ਗਿਆ ਬੰਦ ਕੇ ਠੀਕ ਹੈ ਠੀਕ ਹੈ। ਸੋ ਗਾਇਜ਼ ਫਾਈਨਲੀ ਆਪਾਂ ਪਹੁੰਚ ਗਏ ਹਾਂ। ਉਹ ਮੇਰਾ ਲੱਡੂ ਬੱਚਾ ਬਾਹਰ ਜਾਣਾ, ਚਲੋ ਚਲੋ। ਸੋ ਗਾਇਜ਼ ਇੱਥੇ ਨਾਨੀ ਮੰਮਾ ਵੀ ਆ ਚੁੱਕੀ ਹੈ, ਸ਼ਾਇਨਾ ਦੀਦੀ ਵੀ ਆ ਚੁੱਕੀ ਹੈ ਤੇ ਇੱਥੇ ਯਾਦੂ ਵੀ ਆ ਚੁੱਕੀ ਹੈ। ਹਾਵ ਆਰ ਯੂ ਫੀਲਿੰਗ ਨਾਓ? ਥੋੜਾ ਸਾ ਉੱਪਰ ਤੁਹਾਡੇ ਲਈ ਚੀਜ਼ ਰੱਖੀ ਸੀ ਆਪਾਂ, ਦੱਸਿਆ ਮੈਨੂੰ ਪ੍ਰਿੰਸ ਭਾਈ ਨੇ। ਬਾਹਰ ਖਾ ਲੈਣੇ, ਬਾਹਰ ਖਾ ਲੈਣੇ। ਮੰਮੀ ਸਭ ਤੋਂ ਪਹਿਲਾਂ ਚਾਕੂ ਫੜ ਲਓ ਯਾਰ। ਸੋ ਅੰਕੂ, 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 ਅੰਸ਼ੂ ਕਹਿੰਦਾ ਵਾ। ਸੋ ਗਾਇਜ਼ ਮੈਂ ਲਾਲ ਥੱਲੋਂ ਦੀ ਕੋਟਨ ਲੈ ਕੇ ਆਇਆ ਵਾਂ। ਕੋਟਨ ਮੈਂ ਤਾਂ ਲਿਆ ਕਿਉਂਕਿ ਗੱਡੀ ਦੀ ਪਿਛਲੀ ਸੀਟ ਤੇ ਨਾ ਚਿਕਨ ਸੂਪ ਗਿਰ ਗਿਆ ਸੀਗਾ, ਗੱਡੀ ਟੋਏ ਚ ਵੱਜੀ ਸੀ ਨਾ ਥੋੜੀ ਜੀ, ਤੇ ਉੱਥੇ ਚਿਕਨ ਸੂਪ ਡਿੱਗ ਗਿਆ ਸੀਗਾ। ਸੋ ਨਾ ਪਹਿਲਾਂ ਸਾਫ਼ ਕਰ ਦਈਏ। ਸੋ ਗਾਇਜ਼ ਐਕਚੁਲੀ ਉੱਪਰ ਸ਼ਾਇਨਾ ਦੀਦੀ ਵਗੈਰਾ ਸਾਰੇ ਆਏ ਹੋਏ ਆ, ਨਾਨੀ ਮੰਮਾ ਵੀ, ਰਸ਼ ਪਿਆ ਹੋਇਆ ਸੀਗਾ। ਸੋ ਹੋਸਪਿਟਲ ਵਾਲੇ ਨਾ ਬੋਲਣ ਤਾਂ ਕਰਕੇ ਆਪਾਂ ਨੀਚੇ ਆ ਗਏ, ਤੇ ਪ੍ਰਿੰਸ ਭਾਈ ਤੇ ਸ਼ਾਇਨਾ ਦੀਦੀ ਕੁਛ ਖਾਣ ਪੀਣ ਲਈ ਲਿਆਏ ਸੀਗੇ ਸਾਡੇ ਲਈ, ਹੁਣ ਆਪਾਂ ਇੱਥੇ ਬਹਿ ਕੇ ਖਾਵਾਂ ਪੀਵਾਂਗੇ। ਸੋ ਹੁਣ ਆਪਾਂ ਖਾਈਏ ਪੀਜ਼ਾ, ਦੈਨ ਤੁਹਾਨੂੰ ਮਿਲਦੇ ਹਾਂ। ਸੋ ਗਾਇਜ਼ ਫਾਈਨਲੀ ਆਪਾਂ ਹੋਸਪਿਟਲ ਤੋਂ ਆ ਗਏ ਸੀਗੇ। ਐਕਚੁਲੀ ਦੀਦੀ ਹੋਣੀ ਵੀ ਲੇਟ ਗਏ ਸੀਗੇ, ਇਸ ਕਰਕੇ ਫਿਰ ਉਸ ਤੋਂ ਬਾਅਦ ਟਾਈਮ ਜ਼ਿਆਦਾ ਹੋ ਗਿਆ ਸੀਗਾ। ਸੋ ਡੋਲਰ ਦੇ ਮੰਮਾ ਵੀ ਸਵੇਰ ਦੇ ਉੱਥੇ ਸੀਗੇ, ਤੇ ਫਿਰ ਮੰਮੀ ਕਹਿੰਦੇ ਕਿ ਤੁਸੀਂ ਸਾਰੇ ਟਾਈਮ ਸਿਰ ਅੱਜ ਘਰ ਜਾਓ ਤੇ ਕੱਲ੍ਹ ਸੋਨਾ ਰੁਕ ਜੂਗੀ ਹੋਸਪਿਟਲ। ਤੇ ਇੱਥੇ ਹੁਣ ਵਿਸ਼ੂ ਕੱਟ ਰਿਹਾ ਪਿਆਜ਼, ਪਿਆਜ਼ ਤਾਂ ਕੱਟ ਰਿਹਾ ਕਿਉਂਕਿ ਗਾਇਜ਼ ਖਾਣਾ ਖਾਣ ਲੱਗਿਆ ਯਾਰ, ਰਾਤ ਦੇ 1:30 ਵੱਜ ਗਏ ਆ। ਤੇ ਥੈਂਕ ਯੂ ਸੋ ਮਚ ਇਤਨੀ ਸੇਵਾ ਕਰਨ ਦੇ ਲਈ। ਓਕੇ, ਆਪਾਂ ਸਭ ਨੂੰ ਕਨਫਿਊਜ਼ ਕੀਤਾ ਹੋਇਆ, ਲਾਈਕ ਉਹ ਬੇਬੀ ਬੋਏ ਉਹ ਬੇਬੀ ਗਰਲ, ਹੁਣ ਤੈਨੂੰ ਪਤਾ ਮੈਂ ਕਿਉਂ ਕਿਹਾ ਸੀਗਾ ਉਸ ਚੀਜ਼, ਹੈ ਨਾ? ਤੇ ਯਾ 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 ਕਨਫਿਊਜ਼ਨ ਕ੍ਰੀਏਟ, ਕਨਫਿਊਜ਼ਨ ਹੀ ਕਨਫਿਊਜ਼ਨ, ਸੋਲੂਸ਼ਨ ਕੁਝ ਪਤਾ ਨਹੀਂ। ਸੋ ਗਾਇਜ਼ ਦਾ ਥਿੰਕ ਇਜ਼ ਹੁਣ ਆਪਾਂ ਖਾਣ ਲੱਗੇ ਹਾਂ ਰੋਟੀ, ਤੇ ਜਿਹੜਾ ਰਿਸ਼ਤਾ ਜਾਦੂ ਨੂੰ 9 ਤਰੀਕ ਨੂੰ ਮਿਲਣਾ ਸੀਗਾ ਉਹ ਹੁਣ ਉਹਨੂੰ ਮਿਲੂਗਾ 8 ਤਰੀਕ ਨੂੰ, ਮੰਮੀ ਨਾਲ ਗੱਲ ਹੋ ਗਈ ਹੈ। ਸੋ ਹੁਣ ਆਪਾਂ ਸਾਰਾ A to Z ਪ੍ਰੋਸੈਸ ਜੋ ਹੈਗਾ ਆਉਣ ਵਾਲੇ ਵਲੋਗਸ ਦੇ ਵਿੱਚ ਉਹ ਸਾਰਾ ਕੁਝ ਤੁਹਾਨੂੰ ਦੱਸਣਾ। ਬੈਲ ਆਈਕਨ ਨੂੰ ਜਦੋਂ ਤੁਸੀਂ ਦਬਾਇਆ ਹੋਇਆ ਵਾ ਮੈਨੂੰ ਪਤਾ ਲੱਗ ਗਿਆ ਵਾ ਕਿ ਜਿੱਦਾਂ ਹੀ ਮੇਰਾ ਵਲੋਗ ਪੈਂਦਾ ਵਾ ਨਾਲੇ ਸਾਰੇ ਜਣੇ ਫਟਾਫਟ ਵਲੋਗ ਓਪਨ ਕਰਕੇ ਦੇਖ ਲੈਂਦੇ ਹੈ ਕਿ ਨਹੀਂ ਡੋਲਰ ਬਾਈ। ਰੋਟੀ ਖਾਣਾ ਵੀ ਲੈ, ਤੇ ਇੱਥੇ ਰੋਟੀ ਆ ਚੁੱਕੀ ਹੈ, ਮਟਰ ਮਸ਼ਰੂਮ, ਸ਼ਾਹੀ ਪਨੀਰ ਹੈਗਾ ਵਾ ਡੋਲਰ ਨੇ ਤੇ ਇੱਥੇ ਰਹਿਣਾ ਵਾ ਮੇਰੇ ਨਾਲ ਸਵਾ ਮਹੀਨਾ, ਮੇਰੇ ਨਾਲ ਜ਼ਿੰਦਗੀ ਕੱਟਣੀ। ਸਾਡਾ ਲੋਰਡ ਅੰਸ਼ੂ, ਲੋਰਡ ਅੰਸ਼ੂ ਦਾ ਫਾਦਰ, ਹਾਊ ਆਰ ਯੂ ਫੀਲਿੰਗ ਬ੍ਰੋ? ਬਾਬਾ ਨੇ ਕੁਝ ਯੂਨੀਕ ਲੱਗ ਰਿਹਾ, ਇਹ ਕਿਹੜਾ ਪੋਜ਼ ਹੈ? ਅੱਛਾ ਜਿਹੜੇ ਪਿਓ ਬੰਦੇ ਨਾਲ ਨੀਂਦ ਨਹੀਂ ਆਉਂਦੀ, ਗੱਲਾਂ ਕਰਦਾ ਕਿਹੜੀ ਗੱਲ ਹੋਈ? ਨਹੀਂ ਉਦਾਂ ਨਾ ਵੀ ਕਿਹੜੀ ਗੱਲ ਹੋਈ ਕਿ ਪਿਓ ਬਣ ਕੇ ਨੀਂਦ ਆਉਂਦੀ ਉਹਨੂੰ? ਨਹੀਂ ਮੈਂ ਪਿਓ ਬਣ ਕੇ ਨਾ, ਮੈਨੂੰ ਹੁਣ ਭੁੱਖ ਲੱਗਣੀ ਹੈ, ਨਾ ਮੈਨੂੰ ਪਿਆਸ ਲੱਗਣੀ ਹੈ, ਤੇ ਕੱਲ੍ਹ ਤੋਂ ਮੈਂ ਉੱਡਣਾ ਵੀ ਸ਼ੁਰੂ ਕਰ ਦੇਣਾ, ਠੀਕ ਹੈ? ਬਿਜਲੀ ਦੀ ਸ਼ਕਤੀ ਮੈਨੂੰ ਮਿਲ ਗਈ, ਮੈਂ ਚੋਂ ਕਰੰਟ ਨਿਕਲਦਾ ਪਿਆ, ਠੀਕ ਹੈ? ਪਾਣੀ ਪਾਣੀ ਮੈਂ ਅਨਲਿਮਿਟਡ ਪੀ ਸਕਦਾ। ਨਹੀਂ ਯਾਰ ਦੇਖੋ ਉੱਧਰ ਦੇਖ ਮੈਨੇ ਮੇਰੀ ਗੱਲ ਤੇ ਫੋਕਸ ਕਰ, ਫਾਦਰ ਬਣ ਗਈ ਕਿੱਦਾਂ ਦੀ ਮੂਵਮੈਂਟ ਸੀਗੀ ਉਹ ਕੀ ਸੀਗਾ ਤੇਰੇ ਲਈ ਮੈਨੂੰ ਦੱਸ।
ਦੇਖੋ ਸਾਡੇ ਸੱਤ ਬੈਡ ਯਾਰ ਕੁਛ ਕਹਤਾ ਮੇਰੇ 4.5 ਬੈਡ ਆਏ ਹੋਏ ਆ ਭਰਾਵਾਂ ਦਾ ਬੜਾ ਸਾਥ ਹੀ ਠੀਕ ਹੈ ਮਤਲਬ ਹੀ ਨੀ ਹੈਗੇ ਇਹ ਫਾਇਦਾ ਨੀ ਕੱਢਣ ਆਏ ਜਿੰਨਾ ਫਾਇਦਾ ਕੱਢਣਾ ਉਹ ਕੱਢ ਕੇ ਚੱਲ ਗਏ ਆ ਇਹ ਬਰੋ ਦਿਲ ਲਾ ਕੇ ਬੈਠੇ ਪਏ ਆ ਸਾਡਾ ਫਾਇਦਾ ਵੀ ਆਂਦਾ ਤੇ ਸਾਰਿਆਂ ਦਾ ਕੱਟਾ ਹੀ ਹੁੰਦਾ ਕੋਈ ਦੱਸ ਨੀ ਸਕਦੇ ਸੋ ਗਾਇਸ ਚੱਜ ਦੇ ਮਾਹੌਲ ਦੇ ਵਿੱਚ ਕੁੱਤੇ ਬਿੱਲੇ ਦੀ ਪਰਵਾਹ ਨਾ ਕਰੋ ਇਗਨੋਰ ਦ ਸ਼ਿਟ ਤੇ ਰੋਟੀ ਖਾਓ ਆਰਾਮ ਨਾਲ ਰੋਟੀ ਤੇ ਆਪਾਂ ਦੋਵੇਂ ਹੁਣ ਤੁਹਾਡੇ ਨਾਲ ਕੁਛ ਗੱਲ ਕਰਨ ਚੱਲੇ ਆ ਗੱਲ ਕੀ ਹੈ ਤੈਨੂੰ ਵੀ ਨੀ ਪਤਾ ਉਹ ਸੱਚ ਗਾਇਸ ਮੈਨੂੰ ਵੀ ਨੀ ਦੱਸੀ ਸੀ ਗੱਲ ਇਹ ਹੈ ਕਿ ਹੁਣ ਯਾਦੂ ਨੇ ਆ ਜਾਣਾ 8 ਤਰੀਕ ਨੂੰ ਉਹਨੂੰ ਲਾਈਕ ਉਹ ਮਿਲ ਜਾਣੀ ਕੀ ਕਹਿੰਦੇ ਡਿਸਚਾਰਜ ਮਿਲ ਜਾਣਾ ਉਹਨੂੰ ਫਿਰ ਉਹਨੇ ਆਉਣਾ ਵਾ ਮਤਲਬ ਲਾਈਕ 9 ਤਰੀਕ ਨੂੰ ਸਾਰਾ ਪ੍ਰੋਸੈਸ ਕਰਨਾ ਐਡੀ ਸ਼ਟ ਅਪ ਪਲੀਜ਼ ਰੂਮ 'ਚ ਚੱਲ ਪਲੀਜ਼ ਕੰਪਲੀਟ ਯੋਰ ਸੈਂਟੈਂਸ ਯਾ ਕਮ ਹੇਅਰ ਦੈਨ 9 ਤਰੀਕ ਤੋਂ ਬਾਅਦ ਹੁਣ ਮੈਨੂੰ ਨਹੀਂ ਪਤਾ ਤੇਰੀ ਜ਼ਿੰਮੇਵਾਰੀ ਕੀ ਹੋਣੀ ਕੀ ਨਹੀਂ ਮੈਨੂੰ ਮੇਰੀ ਜ਼ਿੰਮੇਵਾਰੀ ਪਤਾ ਵਾ ਮੈਂ ਰੂਮ ਸਾਰਾ ਡੈਕੋਰੇਟ ਕਰਨਾ ਵਾ ਬੇਬੀ ਦੇ ਆਉਣ ਤੋਂ ਇਜ਼ ਦੈਟ ਯੋਰ ਰਿਸਪੌਂਸਿਬਿਲਟੀ ਆਈ ਐਮ ਹੈਂਡਲਿੰਗ ਦੈਟ ਓਕੇ ਮੇਰੀ ਰਿਸਪੌਂਸਿਬਿਲਟੀ ਹੈ ਅੱਛਾ ਫਲਾਵਰ ਵਾਲੀ ਦੁਕਾਨ ਕੰਮ ਪਰ ਹੈ ਹਾਂ ਬੋਲ ਜਲਦੀ ਮੈਂ ਰੋਟੀ ਖਾ ਲਾਂ ਕਿਉਂਕਿ 1:30 ਵੱਜ ਗਿਆ ਵਲੌਗ ਨੂੰ ਐਡਿਟ ਵੀ ਕਰਨਾ ਯਾਰ ਬਹੁਤ ਮਿਹਨਤ ਹੁੰਦੀ ਪਈ ਹੈ
ਚਾਰ ਚਾਰ ਵਲੋਗ ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਏਗੀ ਵਧੀਆ ਲੱਗੀ ਤਾਂ ਦੈਨ ਡੂ ਲਾਈਕ ਮੈਂ ਸ਼ੇਅਰ ਮਤਲਬ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਆਈ ਨੋ ਇਹ ਵੀਡੀਓ ਛੋਟੀ ਸੀਗੀ ਬਟ ਦਾ ਥਿੰਕ ਇਜ਼ ਬਸ ਤੁਹਾਡੇ ਸਾਰੇ ਦੇ ਮਾਇੰਡ 'ਚ ਮੈਂ ਇੱਕ ਗੱਲ ਬਿਠਾਉਣੀ ਸੀਗੀ ਇਹ ਝੂਠ ਵੀ ਹੋ ਸਕਦਾ ਜੋ ਤੁਹਾਨੂੰ ਲੱਗ ਰਿਹਾ ਸੀ ਨਾ ਕਿ ਹਾਂ ਕੁੰਡੇ ਅੰਕੂ ਦੇ ਮੂੰਹ ਨਿਕਲ ਗਏ ਜੇ ਕੁਛ ਮਤਲਬ ਯਾਰ ਸੋਚੋ ਕਿਉਂਕਿ ਜਿਸ ਦਿਨ ਬੇਬੀ ਘਰ ਹੋਊਗਾ ਉਸ ਦਿਨ ਹੀ ਆਪਾਂ ਰਿਵੀਲ ਕਰਨਾ ਕਿ ਉਹ ਬੇਬੀ ਬੋਏ ਹੈ ਜਾਂ ਬੇਬੀ ਗਰਲ ਆ ਅਤੇ ਕਿੰਨੇ ਜਣੇ ਸਹੀ ਹੁੰਦੇ ਅਤੇ ਕਿੰਨੇ ਜਣੇ ਨਹੀਂ ਸਹੀ ਹੁੰਦੇ ਇਹ ਵੀ ਉਸ ਦਿਨ ਪਤਾ ਲੱਗੇਗਾ ਸੋ ਗਾਇਸ ਆਪਣਾ ਪਿਆਰ ਦਿੰਦੇ ਰਹੋ ਬਾਕੀ ਮਿਲਦਾ ਤਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਟੇਕ ਕੇਅਰ ਲਵ ਯੂ ਲੋ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੁਝੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਅਬ ਮੈਂ ਵੀ ਜਾ ਰਹਾ ਹੂੰ ਮੁਝੇ ਪੈਸੋ ਕੇ ਪੀਛੇ ਭਾਗਨਾ ਹੈ ਬਾਏ